ਜਿਨ੍ਹਾਂ ਸ਼ਾਇਰਾਂ ਤੋਂ ਮੈਂ متاثر ਹੋਇਆ ਹੂੰ ਹੂੰ ਪ੍ਰਭਾਵਿਤ ਹੋਏ ਤੁਸੀਂ ਪ੍ਰਭਾਵਿਤ ਹੋ ਕੇ ਸ਼ਾਇਰੀ ਕੀਤੀ ਕਿ ਗਲਤੀ ਹੋ ਗਈ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਝਾੜ ਦੇ ਕੀ ਕੋਈ ਬੈਠ ਸੁਣਾਵੇ ਆਲਮ ਫਾਜ਼ਲ ਲੋਕਾਂ ਨੂੰ ਉੱਚੀਆਂ ਸੋਚਾਂ ਵਾਲੇ ਪੜ ਕਾਗਜ਼ ਨੂੰ ਪਾੜ ਦੇ ਜਦ ਮੈਂ ਪੜਿਆ ਵਾਰਸ ਅਸਲੀ ਸ਼ੌਹਰ ਸਲੇਟੀ ਦਾ ਉਹਨੇ ਹੀਰ ਨੂੰ ਫੜ ਲੜ ਰਾਂਝੇ ਦੇ ਲਾਇਆ ਕੀਕਣ ਅੰਗ ਅੰਗ ਨੂੰ ਲਫ਼ਜ਼ਾਂ ਵਿੱਚ ਪਰੋਂਦਾ ਏ ਉਹ ਮਖਦੂਮ ਦਾ ਆਲਾ شاਗird કહਾਇਆ ਬੁੱਲਾ ਖੁਦ ਕਹਿੰਦਾ ਏ ਚੁੱਲਾ ਮੈਥੋਂ ਚੰਗਾ ਏ ਪਰ ਮੈਂ ਡੁੱਲਾ ਉਹਦਾ ਇਲਮ ਹਕਾ ਨਹੀਂ ਜਾਣ ਕੇ ਉਹ ਅਬਦੁੱਲਾ ਪੁੱਤ ਮੁਹੰਮਦ ਜੀ ਦਰवेश ਦਾ ਜਿਹਨੇ ਡੇਰਾ ਲਾਇਆ ਵਿੱਚ ਕਸੂਰੀ ਆਣ ਕੇ ਇੱਕ ਕੋਈ ਮੀਰਪੁਰੇ ਦਾ ਸ਼ਾਇਰ ਨੇੜੇ ਜੇਲਮ ਦੇ ਜਿਹਦਾ ਨਾਮ ਮੁਹੰਮਦ ਬਖਸ਼ ਆਖ ਦੇ ਮੀਆਂ ਕਿੱਸਾ ਸੈਫ ਮਲੂਕ ਦਾ ਵੱਡਾ ساری ਦੁਨੀਆ ਤੋਂ ਜਿਹਨੇ ਕਥਾ ਸੁਣਾਈਆ ਮਿਸਰ ਸੁਲੇਮਾ ਦੀਆਂ ਇੱਕ ਜੀ ਕਰਦਾ ਸਿਫ਼ਤ ਸੁਣਾਵਾ ਕਾਦਰ ਯਾਰ ਦੀ ਉਹਦੇ ਵਰਗਾ ਕਿਸਨੇ ਲਿਖਣਾ ਇਹ ਜੰਗਨਾਮਾ ਉਹਨੇ ਸਿਰ ਜੇ ਐਸੇ ਨਕਸ਼ ਬਹਾਦਰ ਸਿੰਘਾਂ ਦੇ ਮੈਨ ਰਣਜੀਤ ਸਿਓ ਸਰਕਾਰ ਤੋਂ ਸਦਕੇ ਜਾਵਾ ਓਏ ਭਗਵਾਨ ਸਿਆ ਵੀ ਤੇਰੀ ਹੀਰ ਕਮਾਲ ਦੀ ਕੀ ਕੰਜੋੜੇ ਛੰਦ ਕਵਿੱਤ ਮੈਨੂੰ ਵੀ ਦੱਸ ਜਾਵੇ ਜੀ ਕਣਖੇਤ ਕਪਾਹ ਵਿੱਚ ਡੰਗੀ ਭਾਬੋ ਸੈਤੀ ਦੀ ਸੁਣ ਸ਼ਾਇਰਾ ਬਣ ਕੇ ਨਾਗ ਰਵਾਨੀ ਦਾ ਮੈਨੂੰ ਵੀ ਦੱਸ ਜਾਵੇ ਇੱਕ ਸੀ ਸਬਨਾ ਦਾ ਜਰਨੈਲ ਕਵੀਸ਼ਰ ਰਜਬ ਅਲੀ ਜੋੜੇ ਛੰਦ 72 ਕਲੀਏ ਕੰਡੇ ਨਹਿਰ ਦੇ ਸਾਦਾ ਬੋਲੀ ਤੋਂ ਦਿਲਸ਼ਕੇ ਅਸ਼ਕੇ ਕਰ ਉੱਠਦਾ ਜਿਨੇ ਭਾਗ ਜਗਾ ਤੇ ਮੋਗੇ ਵਰਗੇ ਸ਼ਹਿਰ ਦੇ ਸੋਹਣਾ ਸ਼ਾਇਰ ਮੁੰਡਾ ਸ਼ਿਵਸੀ ਸ਼ਹਿਰ ਬਟਾਲੇ ਦਾ ਜਿਨੇ ਮਿਰਹਾ ਨੂੰ ਕੋਈ ਰੰਗਤ ਨਵੀਂ ਚੜਾਈ ਅੱਜ ਦਾ ਹਰ ਕੋਈ ਇਹ ਕੁਸਦੀ ਰਚਨਾ गा ਕੇ ਰਤਬੇ ਪਾਉਂਦਾ ਉਸ ਨੇ ਦੇਖ ਪੰਜਾਬੀ ਦੁਨੀਆ ਵਿੱਚ ਪਹੁੰਚਾਈ ਨਹੀਂ ਜੀ ਕਰਦਾ ਇੱਥੇ ਨਾਮ ਲਈਏ ਸਰਤਾਜ ਦਾ ਉਹਦੇ ਕੋਲ ਤਾਂ ਨਾ ਰਾਜ ਹੈ ਨਾ ਤਾਜ ਹੈ ਰੱਖੀ ਪਰਦੇ ਮੇਰੀ ਬੇਅਕਲੀ ਤੇ ਸਾਇਆ ਵੇ ਲੱਜ ਪਾਲੀ ਤੇਰੇ ਹੱਥੀ ਹੀ ਹੁਣ ਇਸ ਬੰਦੇ ਦੀ लाज ਹੈ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਔਰ